ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਦੇ ਵੱਲੋਂ ਆਪਣੀ ਪਾਰਟੀ ਨੂੰ ਅਲਵਿਦਾ ਆਖ ਕੇ, ਕਾਂਗਰਸ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਦੱਸ ਦਈਏ ਕਿ ਇਹਨਾਂ ਚੋਣਾਂ ਦੇ ਮਾਹੌਲ ਦੇ ਵਿੱਚ ਲਗਾਤਾਰ ਦਲ ਬਦਲੀ ਹੋਣੀ, ਅਤੇ ਸਭ ਤੋਂ ਵੱਧ ਜੇਕਰ ਝਟਕੇ ਦੀ ਗੱਲ ਕਰੀਏ, ਲੀਡਰਾਂ ਦੀ ਗੱਲ ਕਰੀਏ, ਤਾਂ ਕਾਂਗਰਸ ਦੇ ਲੀਡਰ ਛੱਡ ਕੇ ਦੂਸਰੀਆਂ ਪਾਰਟੀਆਂ ਦਾ ਪੱਲਾ ਫੜਦੇ ਨਜ਼ਰ ਆ ਰਹੇ ਨੇ। ਕੁਝ ਕਾਂਗਰਸ ਦੇ ਨੇਤਾ BJP ਅਤੇ ਕੁਝ ਨੇਤਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਾ ਚੁੱਕੇ ਨੇ। ਸੋ ਅੱਜ ਇੱਕ ਵੱਡਾ ਝਟਕਾ ਲੱਗਿਆ ਗਾ ਕਾਂਗਰਸ ਨੂੰ, ਜਦੋਂ ਕਿ ਉਹਨਾਂ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ, ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ BJP ਨੂੰ ਜੁਆਇਨ ਕਰ ਲਿਆ ਹੈ। ਦੱਸ ਦਈਏ ਕਿ ਕੁਝ ਦਿਨਾਂ ਤੋਂ ਉਹਨਾਂ ਦੀ ਨਾਰਾਜ਼ਗੀ ਹਾਈਕਮਾਂਡ ਦੇ ਨਾਲ ਜਾਂ ਫਿਰ ਪਾਰਟੀ ਦੇ ਨਾਲ ਚੱਲ ਰਹੀ ਸੀ। ਪਿਛਲੀ ਜੇਕਰ ਗੱਲ ਕਰੀਏ 28 ਅਪ੍ਰੈਲ ਦੀ, 28 ਅਪ੍ਰੈਲ ਦੇ ਵੱਲੋਂ 28 ਅਪ੍ਰੈਲ ਨੂੰ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਦੇ ਉੱਪਰੋਂ ਅਸਤੀਫਾ, ਜਿਹੜਾ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਮਲਿਕਾ ਅਰਜਨ ਖੜਗੇ ਨੂੰ ਭੇਜ ਦਿੱਤਾ ਗਿਆ ਸੀ। ਇੱਕ ਚਿੱਠੀ, 4 ਪੇਜਾਂ ਦੀ ਇੱਕ ਚਿੱਠੀ ਵੀ ਭੇਜੀ ਗਈ ਸੀ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਾਰਨ ਦੱਸੇ ਗਏ ਸੀ ਕਿ ਆਖਰ ਉਹ ਆਪਣੇ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ, ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਕਿਉਂ ਦੇ ਰਹੇ ਨੇ। ਇੱਕ ਇੱਕ ਕਰਕੇ ਤਕਰੀਬਨ 11 ਕਾਰਨ ਸੀ ਜਿਹੜੇ ਉਹਨਾਂ ਦੇ ਵੱਲੋਂ ਦੱਸੇ ਗਏ ਸੀ। ਸੋ ਦੱਸ ਦਈਏ ਕਿ ਭਾਵੇਂ ਉਸ ਦਿਨ ਅਰਵਿੰਦਰ ਸਿੰਘ ਲਵਲੀ ਵੱਲੋਂ ਇਹ ਕਿਹਾ ਗਿਆ ਸੀ ਕਿ ਉਹਨਾਂ ਨੇ ਸਿਰਫ ਔਰ ਸਿਰਫ ਆਪਣਾ ਪ੍ਰਧਾਨਗੀ ਦਾ ਅਹੁਦਾ ਛੱਡਿਆ, ਉਹ ਕਾਂਗਰਸ ਦੇ ਨਾਲ ਨੇ, ਕਾਂਗਰਸ ਦੇ ਵਿੱਚ ਹੀ ਬਣੇ ਰਹਿਣਗੇ। ਲੇਕਿਨ 6 ਦਿਨ ਤੋਂ ਬਾਅਦ ਅਰਵਿੰਦਰ ਸਿੰਘ ਲਵਲੀ ਦੇ ਵੱਲੋਂ ਆਪਣਾ ਮਨ ਬਦਲ ਕੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਲਿਆ ਗਿਆ। ਦੱਸ ਦਈਏ ਕਿ 6 ਦਿਨ ਪਹਿਲਾਂ, ਯਾਨੀ ਕਿ 28 ਅਪ੍ਰੈਲ ਨੂੰ ਉਹਨਾਂ ਨੇ ਦਿੱਲੀ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਛੱਡਿਆ ਸੀ, ਲੇਕਿਨ ਉਸ ਸਮੇਂ ਉਹਨਾਂ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਸੀ ਕਿ ਉਹ ਪਾਰਟੀ ਨੂੰ ਨਹੀਂ ਛੱਡਣਗੇ। ਹੁਣ ਜਦੋਂ ਉਹਨਾਂ ਨੇ ਪਾਰਟੀ ਛੱਡੀ ਆ ਆਪਣੇ ਸਾਥੀਆਂ ਦੇ ਨਾਲ, ਉਹਨਾਂ ਦੇ ਨਾਲ ਦੂਸਰੇ ਸਾਥੀ ਜਿਨ੍ਹਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ, ਉਹਨਾਂ ਦੇ ਵਿੱਚ ਨੀਰਜ ਬਸੋਇਆ, ਸਾਬਕਾ ਮੰਤਰੀ ਰਾਜ ਕੁਮਾਰ ਚੌਹਾਨ, ਨਸੀਬ ਸਿੰਘ, ਅਮਿਤ ਮਲਿਕ, ਇਹ ਉਹ ਸਾਥੀ ਨੇ ਜਿਹੜੇ ਹੁਣ ਉਹਨਾਂ ਦੇ ਨਾਲ ਨਾਲ BJP ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਅਰਵਿੰਦਰ ਸਿੰਘ ਲਵਲੀ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਦੂਸਰੀ ਪਾਰੀ ਹੈ। 7 ਸਾਲ ਪਹਿਲਾਂ 18 ਅਪ੍ਰੈਲ 2017 ਨੂੰ ਵੀ ਉਹ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਚਲੇ ਗਏ ਸੀ, ਲੇਕਿਨ 10 ਮਹੀਨਿਆਂ ਤੋਂ ਬਾਅਦ ਹੀ ਉਹ ਫਿਰ ਕਾਂਗਰਸ ਦੇ ਵਿੱਚ ਆ ਗਏ ਸੀ, ਅਤੇ 17 ਫਰਵਰੀ 2018 ਨੂੰ ਉਹਨਾਂ ਦੀ ਵਾਪਸੀ ਕਾਂਗਰਸ ਦੇ ਵਿੱਚ ਹੁੰਦੀ ਹੈ, ਅਤੇ 31 ਅਗਸਤ 2023 ਨੂੰ ਲਵਲੀ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ। 28 ਅਪ੍ਰੈਲ ਨੂੰ ਜਿਹੜੀ ਮਲਿਕਾਰਜੁਨ ਖੜਗੇ ਨੂੰ ਉਹਨਾਂ ਨੇ 4 ਪੇਜਾਂ ਦੀ ਚਿੱਠੀ ਲਿਖੀ ਸੀ, ਉਹਦੇ ਵਿੱਚ ਜੋ ਇੰਚਾਰਜ ਨੇ ਉਹਨਾਂ ਦੀ ਮਨਮਾਨੀ ਦੀ ਗੱਲ ਕਰਦੇ ਨਜ਼ਰ ਆ ਰਹੇ ਸੀ, ਅਤੇ ਉਹ ਕਹਿੰਦੇ ਨਜ਼ਰ ਆ ਰਹੇ ਸੀ ਕਿ ਉਹ ਪ੍ਰਧਾਨ ਹੁੰਦੇ ਹੋਏ ਵੀ ਬਲਾਕ ਪ੍ਰਧਾਨ ਨਹੀਂ ਲਗਾ ਸਕਦੇ। ਉਹਨਾਂ ਨੇ 150 ਤੋਂ ਵੱਧ ਬਲਾਕਾਂ ਦੀ ਗੱਲ ਕੀਤੀ ਸੀ ਜੋ ਕਿ ਪ੍ਰਧਾਨਗੀ ਦੇ ਅਹੁਦੇ ਤੋਂ ਸੱਖਣੇ ਸੀ, ਲੇਕਿਨ ਉਹ ਕਹਿੰਦੇ ਨਜ਼ਰ ਆਏ ਸੀ ਕਿ ਇੰਚਾਰਜ ਆਪਣੀ ਮਨਮਾਨੀ ਕਰ ਰਿਹਾ ਹੈ, ਅਤੇ ਉਸਦੇ ਵੱਲੋਂ ਕੋਈ ਵੀ ਸ਼ਕਤੀ ਪ੍ਰਧਾਨਗੀ ਦੇ ਹੁੰਦੇ ਹੋਏ ਵੀ ਉਹਨਾਂ ਨੂੰ ਨਹੀਂ ਦਿੱਤੀ ਗਈ, ਉਹ ਪ੍ਰਧਾਨ ਤੱਕ ਨਹੀਂ ਲਗਾ ਸਕਦੇ। ਅਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਨਾਰਾਜ਼ਗੀ ਜਿਤਾਈ ਗਈ ਸੀਗੀ ਸੀਟਾਂ ਦੇ ਬਟਵਾਰੇ ਨੂੰ ਲੈ ਕੇ। ਤਾਂ ਪਹਿਲੀ ਨਾਰਾਜ਼ਗੀ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਨਾਲ ਰਲੇਵੇਂ ਦੀ ਸੀ ਕਿ ਆਖਰ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਨੇ ਗਠਬੰਧਨ ਕਿਉਂ ਕੀਤਾ, ਕਿਉਂਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਕਾਂਗਰਸ ਨੂੰ ਉਹ ਲਗਾਤਾਰ ਭੰਡਦੇ ਆ ਰਹੇ ਨੇ। ਆਮ ਆਦਮੀ ਪਾਰਟੀ ਮਨਘੜਤ ਭ੍ਰਿਸ਼ਟਾਚਾਰ ਦੇ ਆਰੋਪ ਨੇ ਜਿਹੜੇ ਉਹ ਕਾਂਗਰਸ ਦੇ ਲੀਡਰਾਂ ਦੇ ਉੱਪਰ ਲਗਾ ਰਹੀ ਹੈ। ਹੁਣ ਤੱਕ ਕਾਂਗਰਸ ਦੀਆਂ ਨੀਤੀਆਂ ਨੂੰ ਕਾਂਗਰਸ ਦੇ ਲੀਡਰਾਂ ਨੂੰ ਭੰਡਦੀ ਆ ਰਹੀ ਪਾਰਟੀ ਦੇ ਨਾਲ ਆਖਰ ਗਠਜੋੜ ਕਿਸ ਮੰਤਵ ਲਈ ਹੋਇਆ, ਆਖਰ ਕੀ ਕਾਰਨ ਸੀ,
ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਗਠਜੋੜ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਦਿੱਲੀ ਦੀ ਜੋ ਇਕਾਈ ਹੈ ਉਸ ਦੇ ਨਾਲ ਇਸ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵਿਚਾਰ ਵਿਮਰਸ਼ ਨਹੀਂ ਕੀਤਾ ਗਿਆ, ਕਿਸੇ ਤਰ੍ਹਾਂ ਦੀ ਮੀਟਿੰਗ ਨਹੀਂ ਹੋਈ, ਉਹਨਾਂ ਤੋਂ ਵਿਚਾਰ ਨਹੀਂ ਲਏ ਗਏ। ਅਤੇ ਦੂਸਰਾ, ਜੋ 3 ਸੀਟਾਂ ਕਾਂਗਰਸ ਦੇ ਹਿੱਸੇ ਦਿੱਲੀ ਲੋਕ ਸਭਾ ਦੀਆਂ ਆਈਆਂ ਸੀ ਉਸ ਦੇ ਵਿੱਚ ਵੀ ਬਾਹਰੀ ਵਿਅਕਤੀਆਂ ਨੂੰ ਪਾਰਟੀ ਦੇ ਉਮੀਦਵਾਰ ਬਣਾਉਣ ਦੇ ਉੱਪਰ ਵੀ ਉਹ ਪਾਰਟੀ ਦੇ ਨਾਲ ਨਾਰਾਜ਼ ਚੱਲੇ ਆ ਰਹੇ ਸੀ। ਉਹ ਗੱਲ ਕਰ ਰਹੇ ਸੀ ਵੀ ਜੋ ਲੋਕਾਂ ਨੂੰ ਦਿੱਲੀ ਦੇ ਬਾਰੇ ਨਹੀਂ ਪਤਾ, ਦਿੱਲੀ ਦੇ ਹਾਲਾਤਾਂ ਬਾਰੇ ਨਹੀਂ ਪਤਾ, ਦਿੱਲੀ ਦੀਆਂ ਮੁਸ਼ਕਲਾਂ ਬਾਰੇ ਨਹੀਂ ਪਤਾ, ਆਖਰ ਉਹਨਾਂ ਨੂੰ ਕਿਸ ਆਧਾਰ ਦੇ ਉੱਪਰ ਟਿਕਟ ਦੇ ਦਿੱਤੀ ਗਈ ਹੈ। ਸੋ ਇਹ ਨਾਰਾਜ਼ਗੀ ਲਗਾਤਾਰ ਚੱਲਦੀ ਆ ਰਹੀ ਸੀ। ਦੱਸ ਦਈਏ ਕਿ ਅਰਵਿੰਦਰ ਸਿੰਘ ਲਵਲੀ ਖੁਦ ਦਿੱਲੀ ਵਿੱਚ ਚੋਣ ਲੜਨਾ ਚਾਹੁੰਦੇ ਸੀ, ਲੇਕਿਨ ਉਹਨਾਂ ਨੂੰ ਦਿੱਲੀ ਦੀ ਕੋਈ ਵੀ ਸੀਟ ਨਹੀਂ ਮਿਲੀ। ਅਤੇ ਨਾਲ ਉਹਨਾਂ ਦੇ ਵੱਲੋਂ ਇਲਜ਼ਾਮ ਹਾਈਕਮਾਨ ਦੇ ਉੱਪਰ ਇਹ ਲਗਾਇਆ ਗਿਆ ਸੀ ਕਿ ਦਿੱਲੀ ਦੇ ਵਿੱਚ ਉਮੀਦਵਾਰਾਂ ਦੇ ਸੰਬੰਧ ਦੇ ਵਿੱਚ ਵੀ ਉਹਨਾਂ ਨਾਲ ਕੋਈ ਵਿਚਾਰ ਵਿਮਰਸ਼ ਨਹੀਂ ਕੀਤਾ ਗਿਆ, ਉਹਨਾਂ ਤੋਂ ਪੁੱਛਿਆ ਤੱਕ ਨਹੀਂ ਗਿਆ ਕਿ ਆਖਰ ਕਿਹੜੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦੇਣਾ ਚਾਹੀਦਾ। ਸੋ ਲਗਾਤਾਰ ਇਹ ਕੁਝ ਮਾਮਲੇ ਸੀ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੀ ਜੋ ਮਨ ਮੁਟਾਵ ਸੀ, ਉਹਨਾਂ ਦੀ ਨਾਰਾਜ਼ਗੀ ਸੀ, ਹਾਈਕਮਾਨ ਦੇ ਨਾਲ ਚੱਲਦੀ ਆ ਰਹੀ ਸੀ। ਸੋ ਆਖਰ ਅੱਜ 6 ਦਿਨ ਤੋਂ ਬਾਅਦ ਇਹ ਨਾਰਾਜ਼ਗੀ ਅਸਤੀਫੇ ਦੇ ਰੂਪ 'ਚ ਬਦਲੀ ਅਤੇ ਕਾਂਗਰਸ ਨੂੰ ਛੱਡ ਕੇ ਉਹਨਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਲਿਆ ਗਿਆ। ਇਲੈਕਸ਼ਨਾਂ ਤੋਂ ਪਹਿਲਾਂ, ਵੋਟਾਂ ਤੋਂ ਪਹਿਲਾਂ ਇੱਕ ਵੱਡਾ ਝਟਕਾ ਕਾਂਗਰਸ ਨੂੰ ਕਹਿ ਸਕਦੇ ਹਾਂ, ਕਿਉਂਕਿ ਕਾਂਗਰਸ ਦੇ ਸਾਬਕਾ ਦਿੱਲੀ ਇਕਾਈ ਦੇ ਪ੍ਰਧਾਨ ਦੇ ਵੱਲੋਂ ਜਿੱਥੇ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ 28 ਅਪ੍ਰੈਲ ਨੂੰ, ਉੱਥੇ ਹੀ ਹੁਣ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਉਹਨਾਂ ਵੱਲੋਂ ਕੀਤੀ ਗਈ। ਦੱਸ ਦਈਏ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਗਿਆ। ਜੁਆਇਨ ਕਰਨ ਤੋਂ ਬਾਅਦ ਅਰਵਿੰਦਰ ਸਿੰਘ ਲਵਲੀ ਦੇ ਵੱਲੋਂ ਕਿਹਾ ਗਿਆ ਕਿ ਇੱਕ ਮਜ਼ਬੂਤ ਪਾਰਟੀ ਦੇ ਵਿੱਚ ਆ ਕੇ ਉਹ ਖੁਸ਼ ਨੇ, ਉਹ ਨੀਤੀਆਂ ਤੋਂ ਪ੍ਰਭਾਵਿਤ ਨੇ, ਉਹ ਮੋਦੀ ਜੀ ਅਤੇ ਅਮਿਤ ਸ਼ਾਹ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਨੇ, ਇੱਕ ਮਜ਼ਬੂਤ ਪਾਰਟੀ ਦਾ ਹਿੱਸਾ ਬਣ ਕੇ ਉਹ ਆਪਣੇ ਆਪ ਨੂੰ ਖੁਸ਼ ਦੱਸ ਰਹੇ ਨੇ ਵੀ ਮੈਂ ਬਹੁਤ ਖੁਸ਼ ਹਾਂਗਾ। ਸੋ ਦੱਸ ਦਈਏ ਕਿ ਵੱਡਾ ਝਟਕਾ ਕਾਂਗਰਸ ਲਈ ਹੋ ਸਕਦਾ ਹੈ, ਕਿਉਂਕਿ ਇੱਕ ਵੱਡਾ ਪ੍ਰਭਾਵ ਦਿੱਲੀ ਦੇ ਵਿੱਚ ਅਰਵਿੰਦਰ ਸਿੰਘ ਲਵਲੀ ਦਾ ਸੀ। ਇਹ ਵੀ ਦੱਸ ਦਈਏ ਕਿ ਉਹਨਾਂ ਦੀ ਦੂਸਰੀ ਪਾਰੀ ਇੱਕ ਵਾਰ ਪਹਿਲਾਂ 2017 ਦੇ ਵਿੱਚ ਵੀ ਉਹ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਸੀ, ਲੇਕਿਨ 10 ਮਹੀਨਿਆਂ ਤੋਂ ਬਾਅਦ ਫਿਰ ਤੋਂ ਉਹਨਾਂ ਦੀ ਕਾਂਗਰਸ ਦੇ ਵਿੱਚ ਜੋ ਸ਼ਮੂਲੀਅਤ ਹੋਈ ਸੀ, ਵਾਪਸੀ ਹੋਈ ਸੀ, ਘਰ ਵਾਪਸੀ ਹੋਈ ਸੀ, ਅਤੇ ਉਹਨਾਂ ਨੂੰ 2023 ਦੇ ਵਿੱਚ ਦਿੱਲੀ ਇਕਾਈ ਦਾ ਪ੍ਰਧਾਨ ਵੀ ਲਗਾ ਦਿੱਤਾ ਗਿਆ ਸੀ। ਸੋ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ।